ना तो साड़ी लुट बची ना लिता तो सानू बी का शुद्ध मिलू जी स्प्रे भी शुद्ध मिलू बिलकुल नहीं साफ सुनी जी इतो बिल बकायदा ਸਾਡੇ ਕੋਲੇ ਹੋ ਜਾਂਦਾ ਪਰ ਤੈਨੂੰ ਪਤਾ ਹੀ ਚੱਲ ਪੰਜ ਕੋਲਾਂ ਦਾ ਮੈਕ ਮਾਰਿਆ 2005 ਚ ਮੈਂ ਬੀਟੀ ਕਰ ਕੇ ਆਇਆ ਸੀ ਨਹੀਂ ਸਹੀ ਗੱਲ ਉਹ ਫਿਰ ਉਹ ਪੜ ਕੇ ਬੈਠਣ ਵਾਲੇ ਇੱਕ ਸੱਤੀ ਸੀ ਜੀਰਾ ਪਾਣੀ ਆਇਆ ਤਾਂ ਮਗਰ ਸਰ ਕਿਹੜਾ ਦਿਖਾਣਾ ਉਹ ਸਾਹਮਣੇ ਆ ਗਿਆ ਨਰਮਾ ਜੀ ਇਹ ਤੂੰ ਨਹੀਂ ਬਦਿਆ ਜੀ ਆ ਰੋਡ ਰੋੜੀ ਚੱਲ ਫੜਦੇ ਬਾਹਰ ਦੀ ਚੱਲੇ ਜੀ ਹਾਲਾਤ ਸਾਰੇ ਦੇ ਉਹ ਤਾਂ ਇਦੋਂ ਵੀ ਖਤਮ ਹੈ ਜੀ ਉਹ ਅਸਲ ਵਿੱਚ ਬੀਜੇ ਵੀ ਅੰਕਲ ਜੀ ਦੋ ਵਾਰੀ ਹੈ ਇੱਕ ਬਾਈ ਦੀ ਆਪਣਾ 2019 ਦੇ ਵਿੱਚ ਬਾਰਿਸ਼ ਦੇ ਵਿੱਚ ਆ ਕੇ ਮੇਰਾ ਸਾਰਾ ਨਰਮਾ ਖਤਮ ਹੋ ਗਿਆ ਸੀ ਮੈਂ ਬਾਤ ਆਈ ਬਕਾਇਦਾ ਮੁੜ ਕੇ ਮੈਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਜੀ ਕੋਈ ਕੁਛ ਨਹੀਂ ਇਹ ਠੀਕ ਹੈ ਸਰ ਇਹ ਤਾਂ ਮੀਂਹ ਕਰਕੇ ਥੋੜਾ ਜਿਹਾ ਹੋਰ ਵੀ ਹੋ ਗਿਆ ਇਹ ਪਹਿਲੇ ਰਾਵਰ ਦੇ ਵਿੱਚ ਨਹੀਂ ਸੀ ਬਕਾਇਦਾ ਮੈਂ ਇਹਦੀ ਲਿਖ ਕੇ ਮੰਨ ਲਓ ਵੀ ਡੀ ਸਾਹਿਬ ਨੂੰ ਵੀ ਦੇ ਕੇ ਆਇਆ ਸੀ ਬਕਾਇਦਾ ਵੀਡੀਓ ਬਣਾ ਕੇ ਵੀ ਦੇ ਕੇ ਆਇਆ ਸੀ ਨਹੀਂ ਨਹੀਂ ਹਾਈਟ ਘੱਟ ਹੈ ਫਲ ਤਾਂ ਉਹਦੇ ਕਰਕੇ ਨੁਕਸਾਨ ਹੋ ਗਿਆ ਹੈ ਨਾ ਹਾਈਟ ਉਹਦੀ ਬਿਲਕੁਲ ਹੀ ਨਹੀਂ ਬਿਮਾਰੀ ਹੈ ਜੀ ਅਚਿੱਟਾ ਮੱਛਰ ਵੀ ਆ ਦੇਖੋ ਇਦਾਂ ਉੱਡਿਆ ਫਿਰਦੇ ਸੁੰਡੀ ਵੀ ਹੈ ਹਾਂਜੀ ਇਹ ਦੱਸ ਰਿਹਾ ਕਿ ਟੈਕ ਹੋਇਆ ਜੀ ਪੂਰਾ फोटो करा लिए कैमरामैन फोटो ले लो Thank you.
सरकार किसानों के नाल खड़ी है, हर मुआवजा भी दिता जाएगा, हर भरपाई की जाएगी। पहला टोटल ऐसी फटाफट भेज रहे हैं ताकि बीमारी है इसका इलाज किया जा सके। पहला इलाज बंद करेंगे, उसके बाद अगले ਨਰਮਾ ਸਾਡਾ ਮਰਿਆ ਜੀ ਸਾਨੂੰ 8000 ਮਾਰਿਆ ਦਿੱਤਾ ਗਿਆ ਜਿਹੜੇ ਝੋਨੇ ਵਾਲੇ ਬੰਦੇ ਲੈ ਗਏ ਦੂਨੇ ਪਟਵਾਰੀ ਵਗੈਰਾ ਸਾਰੇ ਸਾਡੇ ਭਾਈ ਮਾਈਕ ਪਿੱਛੇ ਕਰ ਲੋ ਯਾਰ ਇਸ ਗੱਲ ਤੇ ਕਾ ਤੁਸੀਂ ਪਾਉਂਗੇ ਇਸ ਤਰ੍ਹਾਂ ਉਹ ਜਿੰਨੀ ਨਰਮਾ ਦਾ ਮਤਾ ਹਾਲ ਪਹਿਲਾਂ ਸੁਣੀ ਨੇ ਮਾਰਿਆ ਸੀ ਇਹ ਕਿੰਨੇ ਮੱਛਰ ਦੇ ਮਾਰੇ ਦੀ ਗੱਲ ਸੁਣੋ ਐਤਕੀ ਇਸ ਨੇ ਮਾਰਤੇ 55000 ਨੂੰ ਬਾਹਰ ਠੇਕੇ ਤੇ ਲੈ ਕੇ 8 ਮਹੀਨੇ ਹੋ ਗਏ ਘਰੇ ਪੈ ਕੇ ਨਹੀਂ ਦੇਖਿਆ ਜੀ ਅੱਜ ਜੇ ਚੁਗਣ ਤੇ ਆ ਸਾਡਾ ਆ ਹਾਲ ਹੋ ਗਿਆ ਤੁਸੀਂ ਜੇ ਮੁਆਵਜ਼ਾ ਦੇਵੋਗੇ ਰਾਤ ਚੋਰ ਬੈਠੇ ਆ ਚੋਰਾਂ ਤੇ ਕਾਬੂ ਪਾਉਂਗੇ ਤਾਂ ਕਾਮਯਾਬ ਹੋ ਸਕਦਾ ਜ਼ਿੰਮੇਦਾਰ ਨਹੀਂ ਹੋ ਸਕਦਾ ਜੀ ਹਾਂ ਮੈਂ ਸੱਚੀ ਗੱਲ ਸੁਣਾਉਂਦਾ ਜੀ ਬਹੁਤ ਅੱਛੇ ਇੱਕ ਸਰ ਖੁਦਕੁਸ਼ੀ ਕਰ ਹੋ ਗਈ ਮੇਰਾ ਤਾਂ ਸਮਾਂ ਦੇ ਪੈਸਾ ਕਾਸਟ ਕਰ ਲੂ ਹੋ ਜਾਂਦਾ ਜਿਹੜਾ ਮਾਰ ਜਾਉ ਜ਼ਿੰਮੇਦਾਰ ਨੂੰ ਮਿਲਣਾ ਚਾਹੀਦਾ ਹੋ ਰਾਜ ਚੋਰ ਬੈਠੇ ਆ ਚੋਰ ਨਾ ਖਾਣ ਮੈਂ ਸੁਣਾ ਦੇ ਸੁਣਾ ਮੰਨ ਲੂਗਾ ਉਹਨੂੰ ਮੰਨੂਗਾ ਵੀ ਪਾ ਕੇ ਤੁਸੀਂ ਗਰੀਬ ਕਰ ਦੋ ਮੈਂ ਵੀ ਗਰੀਬ ਕਰ ਦਿਆਂਗਾ ਬਾਕੀ ਕੀ ਬਾਤ ਹੈ ਸਹੀ ਗੱਲ ਆ ਯਾਰ ਬਾਕੀ ਤੁਸੀਂ ਨੇ ਕਦੇ ਸਾਰੇ ਖਾਦੇ ਤੋਂ ਅੱਗੇ ਜਾ ਕੇ ਸੀਐਮ ਸਾਹਿਬ ਨੂੰ ਦਿਖਾਇਆ ਬਾਕੀ ਤੇ ਖਾਦੇ ਤੋਂ ਮੈਂ ਦੇਖ ਲਈ ਹੈ ਤੇ ਗੰਦਾਵਰੀ ਅਸੀਂ ਆਲਰੇਡੀ ਆਰਡਰ ਕਰ ਚੁੱਕੇ ਹਾਂ ਹਰ ਕਿਸਾਨ ਦੇ ਨਾਲ ਸਰਕਾਰ ਖੜੇਗੀ ਉਹਦੇ ਮੋਢੇ ਦੇ ਹੱਥ ਰੱਖ ਕੇ ਉਹਦੇ ਨਾਲ ਪੂਰਾ ਜੋ ਵੀ ਇਹਦੇ ਵਿੱਚ ਨੁਕਸਾਨ ਹੋਇਆ ਉਹਦੇ ਵਿੱਚ ਅਸੀਂ ਜਿਸ ਤਰ੍ਹਾਂ ਦੇ ਮਾਪਦੰਡ ਹੈਗੇ ਉਸ ਹਿਸਾਬ ਦੇ ਨਾਲ ਇਹਨਾਂ ਨੂੰ ਮੁਆਵਜ਼ਾ ਦੇਵਾਂਗੇ ਇਸ ਤੋਂ ਇਲਾਵਾ ਅਸੀਂ ਆਉਣ ਵਾਲੀ ਕਣਕ ਦੇ ਵਿੱਚ ਵੀ ਜਿਹੜੀ ਇਹਨਾਂ ਨੂੰ ਬੀਜ ਦੇਣਾ ਉਹਦੇ ਵਿੱਚ ਵੀ ਸਬਸਿਡੀ ਦੇ ਕੇ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕਰ ਲਈ ਅਤੇ ਮੁਆਵਜ਼ੇ ਦੀ ਅਸੀਂ ਅਸੈਸਮੈਂਟ ਕਰਨ ਲਈ ਕਹਿਤਾ ਅਗਲੀ ਗੱਲ ਇਹ ਹੈ ਕਿ ਸਪਰੇ ਅਸੀਂ ਇੱਕ ਤਾਂ ਇਹ ਹੈ ਕਿ ਹੁਣ ਇਹਦਾ ਤੁਰੰਤ ਜਿੰਨਾ ਕੁ ਇਲਾਜ ਕਰ ਸਕਦੇ ਉਹ ਕਰਨ ਜਾ ਰਹੇ ਹਾਂ ਸਪਰੇ ਅਸੀਂ ਫਰੀ ਆਫ ਕੋਸਟ ਕਿਸੇ ਜ਼ਿੰਮੀਦਾਰ ਤੋਂ ਸਪਰੇ ਦੇ ਪੈਸੇ ਨਹੀਂ ਲੈਣੇ ਤੁਰੰਤ ਭੇਜ ਰਹੇ ਹਾਂ ਅੱਜ 5000 ਹੈਕਟਰ ਦੀ ਆ ਚੁੱਕੀ ਹੈ ਅਤੇ ਜਿੰਨੀ ਵੀ ਫਸਲ ਖਰਾਬ ਹੋ ਰਹੀ ਹੈ ਉਹਦੇ ਸਾਰੀ ਦੇ ਸਪਰੇ ਵਾਰ ਵਾਰ ਜਿਵੇਂ ਕਿ ਅਸੀਂ ਸੈਂਟਿਸਟ ਬਣਾ ਲਏ ਐਗਰੀਕਲਚਰ ਤੋਂ ਯੂਨੀਵਰਸਿਟੀ ਤੋਂ ਹਰ ਤਰ੍ਹਾਂ ਦੇ ਨਾਲ ਸਰਕਾਰ ਸੰਜੀਦਾ ਹੈ ਅਤੇ ਇਸ ਚੀਜ਼ ਨੂੰ ਹੈਂਡਲ ਕਰਾਂਗੇ ਸਰਵੇ ਦੇ ਮਾਮਲੇ